ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਸ ਮੌਸਮ ਦੇ ਵਿੱਚ ਕੀੜੇ ਮਕੌੜੇ ਬਾਹਰ ਆਉਂਦੇ ਹਨ। ਇਹਨਾਂ ਕੀੜੀਆਂ ਮਕੌੜਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਕੰਨ ਖਜੂਰੇ ਨੂੰ ਮੰਨਿਆ ਜਾਂਦਾ ਹੈ। ਕੰਨ ਖਜੂਰੇ ਦੇ ਬਾਰੇ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ, ਇਸ ਲਈ ਜੇਕਰ ਕਿਸੇ ਨੂੰ ਕੰਨ ਖਜੂਰਾ ਡੰਕ ਮਾਰਦਾ ਹੈ ਤਾਂ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਇਸ ਲਈ ਦੋਸਤੋ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕੰਨ ਖਜੂਰੇ ਦੇ ਡੰਕ ਮਾਰਨ ਜਾਂ ਫਿਰ ਕੰਨ ਦੇ ਵਿੱਚ ਵੜਨ ਉੱਤੇ ਕੀ ਕਰਨਾ ਚਾਹੀਦਾ ਹੈ। ਤਾਂ ਦੋਸਤੋ, ਆਈਏ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਨ ਖਜੂਰੇ ਦੇ ਡੰਕ ਮਾਰਨ ਅਤੇ ਕੰਨ ਦੇ ਵਿੱਚ ਵੜਨ ਉੱਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਕੰਨ ਖਜੂਰਾ ਸੱਪ ਦੀ ਹੀ ਤਰ੍ਹਾਂ ਜ਼ਹਿਰੀਲਾ ਜਾਨਵਰ ਮੰਨਿਆ ਜਾਂਦਾ ਹੈ। ਕੰਨ ਖਜੂਰਾ ਸੱਪ ਦੀ ਹੀ ਤਰ੍ਹਾਂ ਕੱਟਣ ਦੇ ਬਾਅਦ ਸਰੀਰ ਵਿੱਚ ਜ਼ਹਿਰ ਛੱਡਦਾ ਹੈ। ਦੋਸਤੋ, ਕੰਨ ਖਜੂਰੇ ਦੇ ਕੱਟਣ ਉੱਤੇ ਇਨਸਾਨ ਨੂੰ ਸਾਂਸ ਲੈਣ ਵਿੱਚ ਕਾਫ਼ੀ ਤਕਲੀਫ ਹੁੰਦੀ ਹੈ। ਸਾਂਸ ਦੇ ਵਿੱਚ ਤਕਲੀਫ ਦੇ ਇਲਾਵਾ ਸਰੀਰ ਵਿੱਚ ਕਾਫ਼ੀ ਦਰਦ ਵੀ ਹੁੰਦਾ ਹੈ। ਲੇਕਿਨ ਦੋਸਤੋ, ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ, ਕੰਨ ਖਜੂਰੇ ਦਾ ਕੱਟਣਾ ਜਾਨਲੇਵਾ ਨਹੀਂ ਹੁੰਦਾ। ਲੇਕਿਨ ਦੋਸਤੋ, ਇਸ ਦੇ ਕੱਟਣ ਉੱਤੇ ਹੋਣ ਵਾਲਾ ਦਰਦ ਕਾਫ਼ੀ ਜ਼ਿਆਦਾ ਹੁੰਦਾ ਹੈ, ਜੋ ਕਿ ਕਦੇ ਕਦੇ ਬਰਦਾਸ਼ਤ ਤੋਂ ਬਾਹਰ ਵੀ ਹੋ ਜਾਂਦਾ ਹੈ। ਲੇਕਿਨ ਦੋਸਤੋ, ਅਕਸਰ ਦੇਖਿਆ ਜਾਂਦਾ ਹੈ ਕਿ ਕੰਨ ਖਜੂਰਾ ਕੱਟਣ ਦੇ ਇਲਾਵਾ ਕੰਨ ਦੇ ਰਸਤੇ ਅੰਦਰ ਵੀ ਵੜ ਜਾਂਦਾ ਹੈ ਅਤੇ ਇਹ ਬੇਹੱਦ ਹੀ ਖਤਰਨਾਕ ਮੰਨਿਆ ਜਾਂਦਾ ਹੈ। ਦਰਅਸਲ, ਕੰਨ ਖਜੂਰਾ ਅਕਸਰ ਹਨੇਰੇ ਦੇ ਵਿੱਚ ਰਹਿੰਦਾ ਹੈ ਅਤੇ ਇਸ ਵਜ੍ਹਾ ਦੇ ਨਾਲ ਉਹ ਅਕਸਰ ਹੀ ਕੰਨ ਦੇ ਵਿੱਚ ਵੜ ਜਾਂਦਾ ਹੈ। ਇਸ ਦੇ ਇਲਾਵਾ ਮੀਂਹ ਦੇ ਮੌਸਮ ਵਿੱਚ ਵੀ ਕੰਨ ਖਜੂਰਾ ਬਹੁਤ ਹੀ ਜ਼ਿਆਦਾ ਨਿਕਲਦੇ ਹਨ। ਕੰਨ ਖਜੂਰੇ ਦਾ ਕੰਨ ਦੇ ਵਿੱਚ ਵੜਨਾ ਕਾਫ਼ੀ ਦਰਦਨਾਕ ਮੰਨਿਆ ਜਾਂਦਾ ਹੈ। ਕੰਨ ਖਜੂਰਾ ਇਨਸਾਨਾਂ ਦੇ ਕੰਨ ਦੇ ਵਿੱਚ ਚਿਪਕ ਜਾਂਦਾ ਹੈ, ਜਿਸ ਨੂੰ ਕੱਢਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ। ਕੰਨ ਖਜੂਰੇ ਦੇ ਕੱਟਣ ਉੱਤੇ ਉਸਦਾ ਜ਼ਹਿਰ ਸਰੀਰ ਵਿੱਚ ਪਹੁੰਚ ਜਾਂਦਾ ਹੈ ਅਤੇ ਜਿਸ ਦੇ ਨਾਲ ਆਪਾਂ ਨੂੰ ਥਕਾਨ ਅਤੇ ਸਾਂਸ ਲੈਣ ਵਿੱਚ ਤਕਲੀਫ ਹੁੰਦੀ ਹੈ। ਤਾਂ ਦੋਸਤੋ, ਆਈਏ ਤੁਹਾਨੂੰ ਦੱਸ ਦਈਏ ਕਿ ਕੰਨ ਖਜੂਰੇ ਦੇ ਕੱਟਣ ਜਾਂ ਕੰਨ ਦੇ ਵਿੱਚ ਵੜਨ ਉੱਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤਾਂ ਦੋਸਤੋ, ਜੇਕਰ ਕਿਸੇ ਦੇ ਕੰਨ ਦੇ ਵਿੱਚ ਕੰਨ ਖਜੂਰਾ ਵੜ ਜਾਂਦਾ ਹੈ ਤਾਂ ਇਸ ਦੇ ਲਈ ਪਾਣੀ ਦੇ ਵਿੱਚ ਸਿੱਧਾ ਨਮਕ ਮਿਲਾ ਕੇ ਕੰਨ ਦੇ ਵਿੱਚ ਪਾਉਣ ਨਾਲ ਉਹ ਮਰ ਜਾਂਦਾ ਹੈ। ਸਿੱਧਾ ਨਮਕ ਦੀ ਵਜ੍ਹਾ ਦੇ ਨਾਲ ਉਹ ਮਰ ਕੇ ਕੰਨ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਇਸ ਦੇ ਇਲਾਵਾ, ਜੇਕਰ ਕੰਨ ਖਜੂਰਾ ਕਿਸੇ ਦੇ ਸਰੀਰ ਦੇ ਨਾਲ ਚਿਪਕ ਜਾਂਦਾ ਹੈ ਤਾਂ ਇਸ ਦੇ ਲਈ ਉਸਦੇ ਮੂੰਹ ਦੇ ਉੱਤੇ ਚੀਨੀ ਪਾਉਣ ਦੇ ਨਾਲ ਉਹ ਸਰੀਰ ਨੂੰ ਛੱਡ ਦਿੰਦਾ ਹੈ। ਅਤੇ ਇਸ ਦੇ ਇਲਾਵਾ, ਜੇ ਕਿਸੇ ਨੂੰ ਕੰਨ ਖਜੂਰਾ ਡੰਕ ਮਾਰ ਦਿੰਦਾ ਹੈ, ਕੱਟ ਲੈਂਦਾ ਹੈ, ਤਾਂ ਇਸ ਦੇ ਲਈ ਹਲਦੀ ਅਤੇ ਸਿੱਧਾ ਲੂਣ ਦਾ ਮਿਸ਼ਰਣ ਨੂੰ ਗਾਂ ਦੇ ਘਿਓ ਦੇ ਵਿੱਚ ਮਿਲਾ ਕੇ ਉਸ ਜਗ੍ਹਾ 'ਤੇ ਲਗਾਇਆ ਜਾਵੇ। ਅਜਿਹਾ ਕਰਨ ਦੇ ਨਾਲ ਕੰਨ ਖਜੂਰੇ ਦਾ ਜ਼ਹਿਰ ਖਤਮ ਹੋ ਜਾਂਦਾ ਹੈ ਅਤੇ ਆਪਾਂ ਨੂੰ ਦਰਦ ਤੋਂ ਵੀ ਰਾਹਤ ਮਿਲਦੀ ਹੈ। ਤਾਂ ਦੋਸਤੋ, ਇਹ ਉਹ ਤਰੀਕੇ ਹਨ ਜਿਨ੍ਹਾਂ ਤੋਂ ਕੰਨ ਖਜੂਰੇ ਦੇ ਕੱਟਣ ਜਾਂ ਕੰਨ ਦੇ ਵਿੱਚ ਵੜਨ ਉੱਤੇ ਇਲਾਜ ਕੀਤਾ ਜਾ ਸਕਦਾ ਹੈ। ਤਾਂ ਦੋਸਤੋ, ਜੇਕਰ ਤੁਹਾਡੇ ਨੇੜੇ ਤੇੜੇ ਜਾਂ ਘਰ ਦੇ ਵਿੱਚ ਕਿਸੇ ਨੂੰ ਕੰਨ ਖਜੂਰੇ ਦੇ ਕੱਟਣ 'ਤੇ ਜਾਂ ਫਿਰ ਕੰਨ ਦੇ ਵਿੱਚ ਵੜਨ 'ਤੇ ਇਹ ਉਪਾਅ ਕਰਕੇ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਕੰਨ ਖਜੂਰਾ ਜੇਕਰ ਤੁਹਾਨੂੰ ਕੱਟਦਾ ਹੈ ਤਾਂ ਇਹ ਜਾਨਲੇਵਾ ਨਹੀਂ ਹੁੰਦਾ। ਲੇਕਿਨ ਇਸ ਦੇ ਕੱਟਣ ਦੇ ਬਾਅਦ ਜੇਕਰ ਠੀਕ ਉਪਚਾਰ ਨਾ ਹੋਇਆ ਤਾਂ ਉਸ ਨੂੰ ਕਾਫ਼ੀ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।